जय पीम जय पाल अंबेडकर मिशन न्यूज चैनल हिम्मत सच दिखाउंदी। ए जड़ी खबर तुहानू दिखाण जा रहे हां पिंड सादकपुर दी है जिथे की अंबेडकर टाइगर फोर्स दे यूथ विंग दे पंजाब प्रधान हरजिंदर सिंह वल्लों अखां ते दंदा दा कैंप लगवाया गया। इस दा उद्घाटन अंबेडकर टाइगर फोर्स दे नैशनल प्रेजिडेंट राकेश कुमार शम्मी वल्लों रिबन कट के किया गया। इस मौके ते नैशनल टीम दे नाल चन्नी क्लेर सोनी सैंपला शिपा अते अंबेडकर मिशन न्यूज चैनल दी एंकर सुखविंदर कौर उत्थे मौजूद सन। अंबेडकर टाइगर फोर्स दे यूथ विंग दे पंजाब प्रधान पिंड सादकपुर दी पंचायत वल्लों नैशनल टीम दा निघा स्वागत किया गया। धन्यवाद। जय भीम जय भारत जी। अंबेडकर मिशन न्यूज़ चैनल ते डेली इंडिया न्यूज़ 24 टीवी देख रहे सारे स्रोतों का मैं सुखविंदर कौर तहे दिलों धन्यवाद कर रही हाँ। अज असी पहुंचे हाँ पिंड सादकपुर विच जिथे कि हरजिंदर सिंह सहोता जो कि अंबेडकर टाइगर फोर्स यूथ विंग पंजाब प्रधान हैं उन जिन्हां वल्लों अज इन्हां दे पिंड विच एक मैडिकल चैकअप कैंप लगाया जा रहा है जिस दे विच उन्हां ने अंबेडकर टाइगर फोर्स दे राष्ट्रीय प्रधान राकेश कुमार शम्मी जी नूं बुलाया है। चलो आओ असीं उन्हां नाल गलबात करके इस कैंप बारे होर जानकारी लैंदे हां। मुख्तियार सिंह ते सर जिहड़ा इह कैंप लगाया वा इहदे बारे तुसीं की कहना चाहोगे? ये कैंप अंबेडकर टाइगर फोर्स दे बहुत ही होनहार पंजाब प्रधान हरजिंदर सिंह हैप्पी वालों बहुत ही सलांघा जो कदम है जो मेरे पिंड सादकपुर विच दंदा ते अखां दा फ्री चैकअप कैंप लगवाया जा रहा है। मैं सारे ही नगर निवासियों वालों इस नौजवान का बहुत बहुत धन्यवाद करदा। इहदे जतना सदका ही मेरे अपने पिंड विच अंबेडकर फ्री ट्यूशन सेंटर भी चलाया जा रहा है। इस नौजवान की जिन्नी भी शलांघा करिए घट है क्योंकि इन्हें बहुत ही ऐसे काम भी किए हैं जो पिंड वास्ते बहुत लाहेवंद होन। इस करके अज इस तरीके दे नाल एक कैंप लगाया जा रहा है। मैं नाल ही इन्हां दे राष्ट्रीय प्रधान राकेश कुमार शमी जी का भी बहुत बहुत धन्यवाद करता हाँ पिंड वासियों वालों क्योंकि इन्होंने यहोजे हीरे तराश के ਪਿੰਡਾਂ ਵਿੱਚ ਭੇਜੇ ਹਨ ਜੋ ਬਹੁਤ ਹੀ ਵਧੀਆ ਕੰਮ ਕਰਦੇ ਹਨ। ਜੈ ਭਾਰਤ ਜੈ ਭੀਮ। ਸੋ ਆਓ ਅਸੀਂ ਹੁਣ ਹਰਜਿੰਦਰ ਸਿੰਘ ਸਹੋਤਾ ਜੀ ਕੋਲੋਂ ਕੁਛ ਜਾਣਕਾਰੀ ਲੈਂਦੇ ਆ। ਹਾਂਜੀ, ਸਭ ਤੋਂ ਪਹਿਲਾਂ ਸਭ ਨੂੰ ਜੈ ਭੀਮ ਜੈ ਭਾਰਤ। ਮੈਂ ਇਹ ਜਿਹੜਾ ਕੈਂਪ ਆ ਅੱਖਾਂ ਦਾ ਦੰਦਾਂ ਦਾ ਫ੍ਰੀ ਕੈਂਪ ਜਿਹੜਾ ਲਗਾਇਆ ਜਾ ਰਿਹਾ ਪਿੰਡ ਸਾਦਕਪੁਰ ਦੇ ਵਿੱਚ ਇਹ ਮੇਰੇ ਰਾਸ਼ਟਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ੰਮੀ ਉਹਨਾਂ ਦੀ ਅਗਵਾਈ ਹੇਠ ਹੀ ਸਾਰਾ ਕੁਛ ਹੋ ਰਿਹਾ ਹੈ ਅਤੇ ਉਹਨਾਂ ਦੇ ਹੀ ਰਸਤੇ ਦੱਸੇ ਚੱਲ ਰਹੇ ਹਾਂ। ਕੋਈ ਬਾਬਾ ਸਾਹਿਬ ਜੋ ਸਾਡੇ ਲਈ ਕਰਕੇ ਗਏ ਆ ਉਹ ਅਸੀਂ ਮਤਲਬ ਕਦੀ ਦੇਣਾ ਨਹੀਂ ਦੇ ਸਕਦੇ ਅਤੇ ਇਹ ਜਿਹੜੇ ਕੰਮ ਕਰ ਰਿਹਾ ਮੈਂ ਜਾਂ ਟਿਊਸ਼ਨ ਸੈਂਟਰ ਚਲਾ ਰਿਹਾ ਇੱਕ ਮਤਲਬ ਤਮੰਨਾ ਸੀ ਕੁਛ ਅਲੱਗ ਕਰਨ ਦੀ ਵੀ ਆਪਣੇ ਜਿਹੜੇ ਕੋਈ ਵੀ ਵਰਗ ਦੇ ਲੋਕ ਆ ਬੜੇ ਪਿਛੜੇ ਹੋਏ ਆ ਜਾਂ ਕੁਛ ਪਿੰਡ 'ਚ ਸਹੂਲਤ ਨਹੀਂ ਮਿਲ ਰਹੀ ਜਿਵੇਂ ਕਿ ਹੁਣ ਇੱਥੇ ਟੈਸਟ ਵੀ ਹੋ ਰਹੇ ਆ ਜਿੱਦਾਂ ਅੱਜ ਸਿੱਲਾਂ ਬਹੁਤ ਜ਼ਿਆਦਾ ਲੋਕਾਂ ਦੇ ਸੈੱਲ ਘੱਟ ਰਹੇ ਆ ਪਰ ਟੈਸਟ ਕਿਉਂ ਨਹੀਂ ਕਰਵਾ ਰਹੇ ਪੈਸੇ ਦੇ ਵੀ ਪੈਸੇ ਨਹੀਂ ਹੈਗੇ ਜਾਂ ਪੈਸੇ ਘੱਟ ਆ ਉਹ ਟੈਸਟ ਜਿਹੜੇ 14 ਬੋਡੀ ਦੇ ਟੈਸਟ ਵਾ ਉਹ ਸਿਰਫ 500 ਰੁਪਏ ਦੇ ਵਿੱਚ ਇੱਥੇ ਹੋ ਰਹੇ ਆ ਅੱਜ। ਇਸ ਤੋਂ ਇਲਾਵਾ ਜਿਹੜੇ ਦੰਦਾਂ ਦਾ ਅੱਖਾਂ ਦਾ ਕਾਫੀ ਲੋਕਾਂ ਨੂੰ ਪ੍ਰੋਬਲਮ ਆ ਦੰਦਾਂ ਦੀ ਪ੍ਰੋਬਲਮ ਆ ਅੱਖਾਂ ਦੀ ਪ੍ਰੋਬਲਮ ਆ ਇਹ ਚੀਜ਼ਾਂ ਨੂੰ ਸਾਰਿਆਂ ਨੂੰ ਦੇਖਦੇ ਹੋਏ ਅਸੀਂ ਮਤਲਬ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਆ ਵੀ ਚਲੋ ਇੱਕ ਮਤਲਬ ਕਿ ਆਪਾਂ ਲੋਕਾਂ ਦੀ ਸੇਵਾ ਕਰ ਸਕੀਏ ਔਰ ਅੱਗੇ ਵੀ ਅਸੀਂ ਕਰਦੇ ਰਵਾਂਗੇ ਇਸੇ ਤਰ੍ਹਾਂ ਹੀ। ਭਾਅ ਜੀ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੂੰਗੀ ਕਿ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਕੋਰੋਨਾ ਵਾਇਰਸ ਕਰਕੇ ਤੁਸੀਂ ਆਪ ਹੀ ਕਿਹਾ ਕਿ ਲੋਕ ਥੋੜ੍ਹਾ ਜਿਹਾ ਟੈਸਟਾਂ ਤੋਂ ਡਰਦੇ ਆ ਬਟ ਕੀ ਤੁਹਾਨੂੰ ਇੱਥੇ ਕੋਈ ਇੱਦਾਂ ਦੀ ਪ੍ਰੋਬਲਮ ਆਈ ਆ?
ਪ੍ਰੋਬਲਮ ਇਹ ਦੇਖੋ ਇਹ ਦੋ ਤਿੰਨ ਜਿਹੜੇ ਹੈਗੇ ਸ਼ਰਾਰਤੀ ਅਨਸਰ ਆ ਸਾਡੇ ਪਿੰਡ ਦੇ ਉਹ ਲੋਕਾਂ ਨੂੰ ਮਤਲਬ ਕਹਿ ਰਹੇ ਸੀਗੇ ਵੀ ਇੱਥੇ ਕਰੋਨਾ ਟੈਸਟ ਵਾਲੇ ਆਉਣੇ ਆ ਟੈਸਟ ਨਾ ਕਰਵਾਇਓ ਮਤਲਬ ਤੁਹਾਨੂੰ ਪਤਾ ਥੋੜ੍ਹਾ ਪਾਰਟੀਬਾਜ਼ੀ ਹੁੰਦੀ ਆ ਅਤੇ ਉਹਨਾਂ ਨੇ ਕਾਫੀ ਇੱਦਾਂ ਦਾ ਪ੍ਰਚਾਰ ਕੀਤਾ ਵਾ ਪਰ ਚਲੋ ਕੋਈ ਨਹੀਂ ਪਰਮਾਤਮਾ ਦੀ ਕਿਰਪਾ ਵਾ ਭਗਵਾਨ ਵਾਲਮੀਕ ਜੀ ਦੀ ਕਿਰਪਾ ਵਾ ਸਾਡੇ 'ਤੇ ਸਾਨੂੰ ਇਸਦਾ ਪ੍ਰਚਾਰ ਕਰੀ ਜਾਣ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਤੇ ਵੈਸੇ ਇੱਦਾਂ ਦੀ ਚਲੋ ਪ੍ਰੋਬਲਮ ਥੋੜ੍ਹੀ ਜਿਹੀ ਆਈ ਵੀ ਆ ਸ਼ਾਇਦ ਉਹਨਾਂ ਦੇ ਪ੍ਰਚਾਰ ਨਾਲ ਸ਼ਾਇਦ ਵੀ ਲੋਕ ਡਰਦੇ ਕਈ ਟੈਸਟ ਨਹੀਂ ਵੀ ਕਰਵਾ ਰਹੇ ਵੀ ਪਤਾ ਨਹੀਂ ਕਰੋਨਾ ਟੈਸਟ ਹੋ ਜਾਣਾ ਅਤੇ ਭਾਅ ਜੀ ਬਾਕੀ ਜੇ ਆਪਾਂ ਗੱਲ ਕਰੀਏ ਕਿ ਅੱਜ ਤੁਹਾਨੂੰ ਪਤਾ ਹੀ ਆ ਕਿ ਕਿਸਾਨਾਂ ਦਾ ਕਿੰਨਾ ਇੱਕ ਰੌਲਾ ਪਿਆ ਹੋਇਆ ਕਿ ਇੱਕ ਉਹਨਾਂ ਨੇ ਦਿੱਲੀ ਦੇ ਵਿੱਚ ਕਿੱਦਾਂ ਧਰਨੇ ਲਗਾਏ ਹੋਏ ਆ ਤੁਸੀਂ ਇਹਦੇ ਬਾਰੇ ਕੁਛ ਕਹੋਗੇ ਸਾਡੇ ਦਰਸ਼ਕਾਂ ਨੂੰ? ਹਾਂਜੀ ਬਿਲਕੁਲ ਜੀ, ਅਸੀਂ ਕਿਸਾਨ ਭਰਾਵਾਂ ਦੇ ਨਾਲ ਆ। 8 ਦਸੰਬਰ ਨੂੰ ਪੰਜਾਬ ਬੰਦ ਦਾ ਸਮਰਥਨ ਦਿੱਤਾ ਵਾ, ਮੇਰੇ ਵੀਰ ਨਾਲ ਖੜ੍ਹੇ ਆ, ਜੋਤਾ ਜੀ ਜੋ ਕਿ ਸਾਡੇ ਜਲੰਧਰ ਇੰਚਾਰਜ ਆ, ਨਰੇਸ਼ ਬ੍ਰਦਰ ਖੜ੍ਹੇ ਆ, ਇਹਨਾਂ ਨੇ ਪੂਰਾ ਮੇਰਾ ਸਾਥ ਦਿੱਤਾ ਵਾ, ਅਸੀਂ ਇਕੱਠ ਕੀਤਾ ਸੀਗਾ ਔਰ ਅਸੀਂ ਸਾਨੂੰ ਦਿੱਲੀ ਜਾਣ ਦੀ ਵੀ ਜ਼ਰੂਰਤ ਪਈ ਸੀ, ਸਾਡੀ ਪਲੈਨਿੰਗ ਹੈਗੀ, ਅਸੀਂ ਦਿੱਲੀ ਵੀ ਜਾਵਾਂਗੇ ਆਪਣਾ ਪੂਰਾ ਅੰਬੇਦਕਰ ਟਾਈਗਰ ਫੋਰਸ ਦੀ ਟੀਮ ਨੂੰ ਲੈ ਕੇ ਅਤੇ ਅਸੀਂ ਪੂਰਾ ਸਾਥ ਦੇਵਾਂਗੇ ਉਹਨਾਂ ਦਾ ਜਿੱਥੇ ਤੱਕ ਚੱਲਣਗੇ ਮੋਦੀ ਹੋਣੀ ਦੇ ਨਾਲ ਹੀ, ਫਿਰ ਉੱਥੇ ਤੱਕ ਅਸੀਂ ਪੂਰਾ ਉਹਦਾ ਸੰਘਰਸ਼ ਦੇ ਵਿੱਚ ਲੋਕਾਂ ਦੇ ਨਾਲ ਸ਼ਾਮਿਲ ਹੋਵਾਂਗੇ। ਤੁਹਾਨੂੰ ਇੱਕ ਛੋਟਾ ਜਿਹਾ ਸਵਾਲ ਹੋਰ ਕਿ ਜਿੱਦਾਂ ਕਿ ਤੁਹਾਨੂੰ ਪਤਾ ਕਿ ਲੋਕ ਕਈ ਡਰਦੇ ਆ ਵੀ ਸ਼ਾਇਦ ਸਾਨੂੰ ਕਰੋਨਾ ਟੈਸਟ ਇਹ ਕਰ ਦੇਣਗੇ ਸਾਡਾ ਜਾਂ ਸਾਨੂੰ ਜਾਂ ਇਹ ਕੋਵਿਡ-19 ਦੇ ਦੌਰਾਨ ਸਾਨੂੰ ਇਹ ਨਜ਼ਰਬੰਦ ਕਰ ਦੇਣਗੇ, ਇਹਦੇ ਲਈ ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਦੇਖੋ ਜਿਹੜਾ ਕਰੋਨਾ ਟੈਸਟ ਇੱਥੇ ਤਾਂ ਆਪ ਨੇ ਹੁਣ ਸਾਰੇ ਪੜ੍ਹੇ ਲਿਖੇ ਬੱਚੇ ਪੜ੍ਹੇ ਲਿਖੇ ਜਦੋਂ ਆਪਾਂ ਲਿਖ ਕੇ ਲਾ ਦਿੱਤਾ ਵਾ ਵੀ ਬੋਡੀ ਦੇ 14 ਟੈਸਟ ਵਾ, ਜਿਹੜਾ ਪ੍ਰਾਈਵੇਟ ਕੋਈ ਗੌਰਮੈਂਟ ਇੰਪਲੋਈ ਨਹੀਂ ਆਇਆ, ਕੋਈ ਪ੍ਰਾਈਵੇਟ ਸੈਕਟਰ ਤੋਂ ਆ, ਅਸੀਂ ਉਹਨਾਂ ਨੂੰ ਬੁਲਾਇਆ ਵਾ, ਠੀਕ ਆ, ਉਹ ਵੀ ਇੱਕ ਸੇਵਾ ਦੇ ਲਈ ਆ, ਸੇਵਾ ਕਰਦੇ ਆ, ਉਹਨਾਂ ਨੇ ਕਿਹਾ ਵੀ ਚਲੋ ਸਾਡੀ ਵੀ ਸੇਵਾ ਲੱਗ ਜੂਗੀ, ਅਸੀਂ 1500 ਦੇ ਜਿਹੜੇ ਟੈਸਟ 500 'ਚ ਕਰ ਰਹੇ ਹਾਂ। ਅਤੇ ਲੋਕਾਂ ਨੂੰ ਸਮਝਣਾ ਚਾਹੀਦਾ ਆ ਵੀ ਪੜ੍ਹੇ ਲਿਖੇ ਆ, ਹੁਣ ਮੇਰੇ ਹਿਸਾਬ ਨਾਲ ਜ਼ਿਆਦਾ ਲੋਕਾਂ ਨੂੰ ਸਮਝਾਉਣ ਦੀ ਜ਼ਰੂਰਤ ਨਹੀਂ ਹੈਗੀ ਵੀ ਸ਼ਰਾਰਤੀ ਅਨਸਰਾਂ ਦੇ ਪਿੱਛੇ ਲੱਗ ਕੇ ਜਾਂ ਮਤਲਬ ਇੱਕ ਪਾਰਟੀਬਾਜ਼ੀ ਸਮਝਦੇ ਆ। ਅਤੇ ਮੈਂ ਤਾਂ ਮੈਸੇਜ ਜ਼ਰੂਰ ਦੇਣਾ ਚਾਹੂੰਗਾ ਪਿੰਡ ਵਾਸੀਆਂ ਨੂੰ, ਮੈਂ ਜਿਹੜੇ ਕੈਂਪ ਲਗਾਇਆ ਵਾ ਨਾ ਕਾਂਗਰਸ ਦਾ, ਨਾ ਅਕਾਲੀ ਦਾ, ਨਾ ਆਮ ਆਦਮੀ ਪਾਰਟੀ ਦਾ, ਨਾ ਲੋਕ ਇਨਸਾਫ ਪਾਰਟੀ ਦਾ, ਇਹ ਇੱਕ ਸਿਰਫ ਸੇਵਾ ਵਾ ਜੋ ਇੱਕ ਮਾਨਿਤ ਮੰਨਾ ਹੀ ਸਾਡੇ ਪਿੰਡ ਦੇ ਵਿੱਚ ਕੁਛ ਇੱਦਾਂ ਦਾ ਹੋਵੇ। ਮੈਂ ਕੋਈ ਪਾਰਟੀਬਾਜ਼ੀ ਨੂੰ ਸਮਝ ਕੇ ਨਹੀਂ ਕੀਤਾ ਅਤੇ ਪਲੀਜ਼ ਰਿਕੁਐਸਟ ਹੀ ਆ ਮੇਰੇ ਪਿੰਡ ਦੇ ਲੋਕਾਂ ਨੂੰ ਇਹ ਚੀਜ਼ਾਂ ਨੂੰ ਕਦੀ ਵੀ ਵਿੱਚ ਨਾ ਲੈ ਕੇ ਆ ਕਰੋ ਪਾਰਟੀਬਾਜ਼ੀ ਨੂੰ, ਕਿਉਂਕਿ ਜੇ ਆਪਾਂ ਵਧੀਆ ਕੰਮ ਕਰਦੇ ਹਾਂ ਨਾਲ ਖੜ੍ਹ ਜਿਆ ਕਰੋ ਬੰਦੇ ਦਾ ਹੌਸਲਾ ਵੱਧ ਜਾਂਦਾ ਵਾ ਵੀ ਆਪਾਂ ਹੋਰ ਵੀ ਵਧੀਆ ਰਲ ਮਿਲ ਕੇ ਸਾਰੇ ਕੰਮ ਕਰ ਸਕਦੇ ਹਾਂ, ਕੋਈ ਭਾਈਚਾਰਾ ਕਾਇਮ ਰੱਖੋ ਪਿੰਡ 'ਚ, ਇਹ ਜ਼ਰੂਰੀ ਆ। ਸੋ ਆਓ ਅਸੀਂ ਹੁਣ ਟਾਈਗਰ ਫੋਰਸ ਦੇ ਰਾਸ਼ਟਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਮੀ ਜੀ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਜੈ ਭਾਰਤ, ਮੈਂ ਤੁਹਾਡਾ ਆਪਣਾ ਰਾਕੇਸ਼ ਕੁਮਾਰ ਸ਼ਮੀ, ਪ੍ਰੈਜ਼ੀਡੈਂਟ ਅੰਬੇਦਕਰ ਟਾਈਗਰ ਫੋਰਸ। ਮੈਂ ਪਿੰਡ ਸਾਦਿਕਪੁਰ ਦੇ ਸਮੂਹ ਨਗਰ ਨਿਵਾਸੀਆਂ ਦਾ ਅਤੇ ਖਾਸ ਕਰਕੇ ਹਰਜਿੰਦਰ ਅੰਬੇਦਕਰ ਟਾਈਗਰ ਫੋਰਸ ਯੂਥ ਵਿੰਗ ਪੰਜਾਬ ਪ੍ਰੈਜ਼ੀਡੈਂਟ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾ ਕੇ ਜਿਹੜਾ ਹੈਗਾ ਮਾਣ ਬਖਸ਼ਿਆ। ਔਰ ਜਿੱਦਾਂ ਕਿ ਸਰਪੰਚ ਸਾਹਿਬ ਨੇ ਦੱਸਿਆ ਹੀ ਹੈ ਕਿ ਮਤਲਬ ਹਰਜਿੰਦਰ ਸਿੰਘ ਜਿਹੜਾ ਹੈਗਾ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਟਿਊਸ਼ਨ ਦੇ ਤੌਰ 'ਤੇ ਮਤਲਬ ਪੜ੍ਹਾਈ ਜਾਂਦੀ ਹੈ ਅਤੇ ਬਹੁਤ ਵਧੀਆ ਉਪਰਾਲਾ ਹੈ। ਮੈਂ ਆਸ ਪਾਸ ਦੇ ਲੋਕਾਂ ਨੂੰ ਵੀ ਇਹ ਗੱਲ ਕਹੂੰਗਾ ਕਿ ਤੁਸੀਂ ਜਿਹੜਾ ਹੈਗਾ ਇਹਦਾ ਸਹਿਯੋਗ ਕਰੋ ਵੱਧ ਤੋਂ ਵੱਧ, ਕਿਉਂਕਿ ਇਹੋ ਜਿਹੇ ਜਿਹੜੇ ਨੌਜਵਾਨ ਹੈ ਉਹੀ ਨੌਜਵਾਨ ਪੀੜ੍ਹੀ ਹੈ ਜਿਹੜੀ ਅੱਗੇ ਆ ਕੇ ਜਿਹੜਾ ਹੈਗਾ ਦੇਸ਼ ਦੀ ਵਿੱਚ ਜਿਹੜਾ ਹੈਗਾ ਤਰੱਕੀ ਦੀ ਰਾਹ 'ਤੇ ਲੈ ਜਾ ਸਕਦੀ ਹੈ। ਸੋ ਮੈਂ ਧੰਨਵਾਦ ਕਰਦਾ ਫਿਰ ਤੋਂ ਜਿਹੜਾ ਹੈਗਾ ਸਾਦਕਪੁਰ ਪਿੰਡ ਵਾਲਿਆਂ ਦਾ, ਖਾਸ ਕਰਕੇ ਹਰਜਿੰਦਰ ਜੀ ਦਾ, ਔਰ ਜਿਸ ਤਰ੍ਹਾਂ ਕਿ ਅੱਗੇ ਅੱਗੇ ਕੈਂਪ ਲੱਗਦੇ ਜਾਣਗੇ ਅਤੇ ਲੋਕਾਂ ਨੂੰ ਵੀ ਇਸ ਚੀਜ਼ ਦੀ ਅਪੀਲ ਹੈ ਵੀ ਤੁਸੀਂ ਜਿਹੜਾ ਹੈਗਾ ਵੱਧ ਤੋਂ ਵੱਧ ਇਹਨਾਂ ਕੈਂਪਾਂ ਦਾ ਜਿਹੜਾ ਹੈਗਾ ਫਾਇਦਾ ਲੈਂਦੇ ਰਹੋ। ਧੰਨਵਾਦ। ਮੈਂ ਇਸ ਕੰਮ ਬਾਰੇ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਹਨਾਂ ਨੇ ਸਾਨੂੰ ਇੱਥੇ ਸੱਦਾ ਪੱਤਰ ਦਿੱਤਾ ਅਤੇ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਰਾਕੇਸ਼ ਕੁਮਾਰ ਸ਼ਮੀ ਜੀ ਅਤੇ ਜੋ ਆ ਕੇ ਇਹਨਾਂ ਨੇ ਹੌਸਲਾ ਅਫਜ਼ਾਈ ਕੀਤੀ ਆ ਹਰਜਿੰਦਰ ਸਿੰਘ ਸੌਤਾ ਜੀ ਦੀ ਅਤੇ ਹਰਜਿੰਦਰ ਸਿੰਘ ਸੌਤਾ ਹੁਣਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਆ ਜੋ ਆਪਣੇ ਪਿੰਡ ਦੇ ਵਿੱਚ ਕੈਂਪ ਲਾਇਆ ਆ ਅਤੇ ਤਾਂ ਕਿ ਹਰ ਇੱਕ ਵਰਗ ਦੇ ਲੋਕ ਇੱਥੇ ਆ ਕੇ ਆਪਣੇ ਚੈੱਕਅਪ ਕਰਵਾ ਸਕਣ। ਸਭ ਤੋਂ ਪਹਿਲਾਂ ਤਾਂ ਮੈਂ ਜੈ ਭਾਰਤ ਜੈ ਭੀਮ ਕਹਿੰਦਾ ਅਤੇ ਅਸੀਂ ਪਿੰਡ ਸਾਦਕਪੁਰ ਵਿੱਚ ਪਹੁੰਚੇ ਹਾਂ ਜੋ ਕਿ ਟਾਈਗਰ ਅੰਬੇਦਕਰ ਫੋਰਸ ਹਰਜਿੰਦਰ ਸਿੰਘ ਸੌਤਾ ਵੱਲੋਂ ਜੋ ਕਿ ਪੰਜਾਬ ਪ੍ਰਧਾਨ ਦੇ ਪੰਜਾਬ ਯੂਥ ਪ੍ਰਧਾਨ ਆ ਅਤੇ ਇਹਨਾਂ ਵੱਲੋਂ ਕੈਂਪ ਪਿੰਡ ਸਾਦਕਪੁਰ ਵਿੱਚ ਲਗਾਇਆ ਗਿਆ ਹੈ ਅਤੇ ਬਹੁਤ ਹੀ ਮਤਲਬ ਇਹਨਾਂ ਵੱਲੋਂ ਇੱਕ ਵਧੀਆ ਉਪਰਾਲਾ ਕੀਤਾ ਗਿਆ ਆ। ਬਹੁਤ ਹੀ ਖੁਸ਼ੀ ਵਾਲੀ ਗੱਲ ਆ ਕਿਉਂਕਿ ਅੱਜ ਕੱਲ੍ਹ ਦੰਦਾਂ ਦੀ ਅਤੇ ਅੱਖਾਂ ਦੀ ਪ੍ਰੋਬਲਮ ਕਾਫੀ ਵੈਸੇ ਮੈਡੀਕਲ ਲੈਬ ਦੇ ਵਿੱਚ ਪ੍ਰੋਬਲਮ ਹੈਗੀ ਹੈ। ਚਲੋ ਇਹ ਆਪਣੇ ਵੱਲੋਂ ਕੋਸ਼ਿਸ਼ ਕਰਦੇ ਆ ਜਿੰਨਾ ਵੀ ਇਹਨਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਵਾ ਜਾਂ ਇਹ ਬਹੁਤ ਵਧੀਆ ਗੱਲ ਆ, ਸਾਨੂੰ ਵਧੀਆ ਮਹਿਸੂਸ ਹੋਇਆ ਇਹ ਦੇਖ ਕੇ ਅਤੇ ਅਸੀਂ ਵੀ ਜਿੰਨਾ ਹੋ ਸਕਿਆ ਗਰੀਬ ਪਰਿਵਾਰ ਨੂੰ ਜਾਂ ਕੁਛ ਵੀ ਜਿੰਨੀ ਸੁੱਖ ਸਹੂਲਤ ਦੇ ਸਕੀਏ ਜਾਂ ਜਿੰਨਾ ਵੀ ਡਿਸਕਾਊਂਟ ਦੇ ਸਕਾਂਗੇ ਉਹ ਅਸੀਂ ਆਪਣੇ ਵੱਲੋਂ ਕਰਾਂਗੇ, ਚੰਗਾ ਕਰਾਂਗੇ ਆਪਣੇ ਵੱਲੋਂ। ਜਿੱਥੋਂ ਤੱਕ ਜੀ ਅਸੀਂ 50-60 ਦੰਦਾਂ ਦੇ ਮਰੀਜ਼ ਦੇਖ ਚੁੱਕੇ ਹਾਂ
ਅਤੇ ਅੱਖਾਂ ਦੇ ਵੀ 100 ਤੋਂ ਵੱਧ ਮੈਨੂੰ ਲੱਗਦਾ ਅੱਖਾਂ ਦੇ ਵੀਰ ਅਸੀਂ ਦੇਖ ਚੁੱਕੇ ਹਾਂ ਅਤੇ ਉਹਨਾਂ ਦੀ ਨਿਗਾਹ ਚੈੱਕ ਕੀਤੀ ਜਾ ਰਹੀ ਆ ਅਤੇ ਦੰਦਾਂ ਦਾ ਵੀ ਅਸੀਂ ਬਿਲਕੁਲ ਚੈੱਕਅਪ ਜਿਹੜਾ ਉਹ ਕਰ ਰਹੇ ਹਾਂ ਅਤੇ ਬਾਕੀ ਉਹਨਾਂ ਨੂੰ ਜੋ ਵੀ ਉਹਨਾਂ ਨੂੰ ਐਡਵਾਈਸ ਆ ਸਾਰਾ ਕੁਛ ਦਿੱਤਾ ਜਾ ਰਿਹਾ ਵਾ ਅਤੇ ਉਹਨਾਂ ਨੂੰ ਸਾਰਾ ਦੰਦਾਂ ਬਾਰੇ ਉਹਨਾਂ ਦੀ ਸਹੂਲਤ ਬਾਰੇ ਸਾਰਾ ਦੱਸਿਆ ਜਾ ਰਿਹਾ ਵਾ सब तो पहला जय भीम जय भारत तो मैं बहुत ज़्यादा धन्यवाद करता हाँ सा ब्लॉक सू भी इस पिंड सेवा करने बुलाया गया और बहुत अच्छा लगा सारे का सेवा करके जिस तरह अज दंदा का सिर कोई अच्छा पिक्चर गया और मेरे वीर ने कहा कि तुम टेस्ट घट तो घट कितने करने हैं जिस तरह अज अभी 1500 रुपये के टेस्ट सिर्फ 500 रुपये कर रहे हैं ਅਤੇ ਕਈ ਮੱਧ ਵਰਗ ਦੇ ਲੋਕ ਟੈਸਟ ਕਰਨਾ ਵੀ ਕਦੋਂ ਨਹੀਂ ਕਰਵਾ ਸਕਦੇ ਤੁਸੀਂ ਆਪਣੇ ਬਿਲਕੁਲ ਲੈਸ ਲੋਕਾਂ ਕੋਲ ਬਹੁਤ ਅੱਛਾ ਸਹਿਯੋਗ ਮਿਲਿਆ ਅਤੇ ਕਾਫੀ ਪੇਸ਼ੈਂਟ ਟੈਸਟ ਕਰਾ ਵੀ ਗਏ ਆ ਅਤੇ ਸਾਰੀ ਪੰਚਾਇਤ ਦਾ ਨਗਰ ਪੰਚਾਇਤ ਸਾਧੂਪੁਰ ਸਰਪੰਚ ਸਾਹਿਬ ਡਾਕਟਰ ਹਰਪ੍ਰੀਤ ਜੀ ਦਾ ਬਹੁਤ ਅਤੇ ਹਰਜਿੰਦਰ ਸਾਹਿਬ ਦਾ ਬਹੁਤ ਧੰਨਵਾਦ ਕਰਨਾ ਜੀ ਦਸ 15 ਲੋਕਾਂ ਟੈਸਟ ਕਰ ਚੁੱਕੇ ਆ ਹੋਰ ਵੀ ਲੋਕ ਆ ਰਹੇ ਨੇ ਅੰਬੇਡਕਰ ਮਿਸ਼ਨ ਨਿਊਜ਼ ਅਤੇ ਡੇਲੀ ਇੰਡੀਆ ਨਿਊਜ਼ 24 TV ਦੇਖ ਰਹੇ ਸਾਰੇ ਸਰੋਤਿਆਂ ਦਾ ਧੰਨਵਾਦ ਦਿਓ ਇਜਾਜ਼ਤ ਤੁਹਾਡੀ ਸੁਖਵਿੰਦਰ ਕੌਰ ਨੂੰ।